ਅਸੀਂ ਕੰਪਿਊਟਰ ਪਾਉਣਾ ਕਿਦਾਂ, ਅੜਦੇ ਤਾਂ ਵੀ ਹੈ ਨਹੀਂ ਵੀਰ। ਮੈਂ ਚੱਲ ਠੀਕ ਆ, ਹੁਣ ਤੁਸੀਂ ਕਿੰਨੇ ਕੰਪਨੀ ਨਾਲ ਰਲ ਗਈ ਵੀਰ, ਰਲ ਗਈ ਆ, ਮੈਂ ਮੰਨਦਾ ਰਲ ਗਈ ਆ, ਅਤੇ ਬੰਦਾ ਸਟ੍ਰਾਈਕ ਮਾਰਦੇ ਯਾਰ, ਕੀ ਹੋ ਗਿਆ? ਸਟ੍ਰਾਈਕ ਮਾਰ ਦਿਉ, ਮੇਰਾ ਮੇਲ ਪਾ ਦਿਉ, ਗਾਣਾ ਡਿਲੀਟ ਕਰਦੇ। ਜੇ ਮੈਂ ਨਾ ਕਰਾਂ ਫਿਰ ਜੋ ਤੁਹਾਡਾ ਸਰਦਾ ਬਣਦਾ ਉਹ ਕਰਦੇ ਬੰਦਾ, ਚਾਰਾਂ ਬੰਦਿਆਂ 'ਚ ਸਾਰੇ ਪੰਜਾਬ ਸਾਹਮਣੇ ਲਾਈਵ ਹੋ ਕੇ ਜਲੀਲ ਕਿਵੇਂ ਕਰ ਸਕਦਾ ਕੋਈ ਕਿਸੇ ਨੂੰ? ਜੇ ਕੰਪਨੀ ਨਾਲ ਰਲ ਗਈ ਤੂੰ ਸਟ੍ਰਾਈਕ ਮਾਰਦੇ, ਹਾਂ ਕੀ ਹੋ ਗਿਆ? ਮੇਰੇ ਸਾਰੇ ਕਮੈਂਟ ਤਰਜ ਤਰਜ ਨਾਲ ਭਰ ਗਏ ਵੀਰੋ, ਕਿਸੇ ਨੂੰ ਥੋੜ੍ਹੀ ਪਤਾ ਕਿਹੜੇ ਬੰਦੇ ਨੇ ਕਿੱਦਾਂ ਮਿਹਨਤ ਕਰਕੇ ਕੌਣ ਕਿੱਥੇ ਆਇਆ। ਬਸ ਐਂ ਹੀ ਆ ਵੀ ਕਹਿ ਦਿਉ, ਬਸ ਵੀ ਇੱਕ ਨਹੀਂ ਹੁੰਦੀ ਬਾਂਦਰ ਹੱਥ ਡੱਬੀ ਫੜਾ ਦਿਉ, ਉਹ ਹਿਸਾਬ ਆ, ਫੋਨ ਆ ਗਿਆ ਹੱਥ 'ਚ। ਕੋਈ ਸੋਚਣਾ, ਕਿਸੇ ਨੂੰ ਬੰਦੇ ਨੂੰ ਸੋਚਣਾ ਚਾਹੀਦਾ ਵੀ ਉਹਦੀ ਕਈ ਗੱਲ ਕਿਸੇ ਬੰਦੇ ਦੀ ਸਾਲਾਂ ਦੀ ਮਿਹਨਤ ਖਰਾਬ ਕਰ ਸਕਦੀ ਹੈ ਵੀਰੋ। ਅਗਲੇ ਨੇ ਕਿਹੜਾ ਸੋਚਿਆ, ਚੱਲ ਉਹ ਵੀ ਕੋਈ ਚੱਕਰ ਨਹੀਂ ਹੈਗਾ ਯਾਰ, ਵੀ ਅਗਲੇ ਨੇ ਕਹਿ ਦਿੱਤਾ, ਚੱਲ ਕਹਿ ਦਿੱਤਾ ਯਾਰ, ਰਲ ਗਈ ਠੀਕ ਆ। ਤੂੰ ਗਾਣਾ ਸਟ੍ਰਾਈਕ ਮਾਰਨ ਤੋਂ ਤੇ ਮੈਨੂੰ ਮੈਸੇਜ ਕਰ ਦਿਉ, ਮੇਲ ਕਰ ਦਿਉ ਵੀ ਗਾਣਾ ਕੱਟ ਦੇ, ਤੇ ਮੈਂ ਕੱਟ ਦਿੰਦਾ। ਜੇ ਨਹੀਂ ਕੱਟਦਾ ਫਿਰ ਤੁਸੀਂ ਜੋ ਸਰਦਾ ਬਣਦਾ ਤੁਸੀਂ ਕਰਦੇ, ਫਿਰ ਤੁਹਾਡਾ ਹੱਕ ਸੀਗਾ, ਫਿਰ ਸਾਡਾ ਸਭ ਕੁਝ ਸਹੀ ਸੀਗਾ। ਜੇ ਗਾਣਾ ਡਿਲੀਟ ਨਾ ਕਰਦਾ ਫਿਰ ਮੈਨੂੰ ਜੋ ਮਰਜ਼ੀ ਕਹਿੰਦੇ। ਚੱਲ ਵੀਰ ਉਹ ਵੀ ਸਹੀ ਸੀਗਾ, ਉੱਥੇ ਤੱਕ ਵੀ ਠੀਕ ਸੀਗਾ ਨਾ, ਕੋਈ ਚੱਕਰ ਨਹੀਂ ਗਾ, ਰਲ ਗਈ। ਅਗਲੇ ਨੇ ਕਹਿ ਦਿੱਤਾ, ਮੇਰੇ ਕਮੈਂਟ 'ਚ ਤਰਜਾ ਤਰਜਾ ਹੋ ਗਈ। ਮੈਂ ਸੋਚਿਆ ਬੈਠਾ, ਮੈਂ ਰੱਖਿਆ ਯਾਰ ਇੱਡਾ ਕੀ ਹੋ ਜਾਂਦਾ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਜਾ ਕੇ ਵੀ ਐਂ। ਮੈਨੂੰ ਤਾਂ ਐਂ ਤੁਸੀਂ ਕਰਦੇ ਵੀ ਜਿੱਦਾਂ ਬਸ ਨਾ ਵੀ ਕੋਈ ਐਂ ਹੀ ਆ ਗਿਆ ਗਾਈ ਜਾਂਦਾ ਬਸ ਠੀਕ ਠਾਕ, ਇਹਨੂੰ ਥੋੜ੍ਹੀ ਪਤਾ ਵੀਰ ਉਹ ਕਿੱਦਾਂ ਚੀਜ਼ਾਂ ਹੁੰਦੀਆਂ। ਹੁਣ ਤੁਸੀਂ ਮੇਰੇ ਕਮੈਂਟ ਕਮੁੰਟ ਭਰਤੇ ਇੱਥੇ ਨੈੱਟ 'ਤੇ, ਯੂਟਿਊਬ ਭਰਤੀ ਸਾਰੀ, ਵੀ ਐਂ ਹੋ ਗਿਆ ਰਾਕੇ ਨੂੰ ਐਂ ਕਹਿਤਾ ਉਹ ਕਹਿਤਾ, ਫਿਰ ਵੀਰੋ ਬੰਦਾ ਫਿਰ ਥੋੜ੍ਹਾ ਜਿਹਾ ਹੋ ਜਾਂਦਾ। ਜਿਹੜੇ ਮਜ਼ਲੂਮ ਹੁੰਦੇ, ਜਾਨਵਰ ਹੁੰਦੇ ਵੀਰ, ਉਹਨਾਂ 'ਤੇ ਵੀ ਅੱਤਿਆਚਾਰ ਕਰੋ ਅਤੇ ਅਗਲਾ ਪੰਜੇ ਪੰਜੇ ਮਾਰਦਾ ਹੀ ਆ, ਮੈਂ ਤਾਂ ਫਿਰ ਇਨਸਾਨ ਆ। ਅੱਗੇ ਜੋ ਸੀ ਵੀ ਮੈਂ ਕਹਿ ਦਿੱਤਾ ਵੀਰ, ਉਹ ਵੀ ਠੀਕ ਆ। ਚੱਲ ਅਗਲੇ ਨੇ ਵੀ ਸੋਚਿਆ ਥੋੜ੍ਹੀ ਆ ਵੀ ਯਾਰ ਮੈਂ ਕਹਿਣ ਤਾਂ ਲੱਗਾ, ਅਗਲੇ ਬੰਦੇ ਨੇ ਪਤਾ ਨਹੀਂ ਕਿੱਦਾਂ ਮਿਹਨਤ ਕੀਤੀ ਹੋਊਗੀ, ਕਿੱਦਾਂ ਅਗਲਾ ਕੰਮ ਧੰਦਾ ਕਰਦਾ ਹੋਊਗਾ ਯਾਰ। ਉਹਨੇ ਕਿਹੜਾ ਸੋਚਿਆ ਕੁਛ ਕਹਿਣ ਤੋਂ ਪਹਿਲਾਂ, ਮੇਰਾ ਇੱਥੇ ਕਮੈਂਟ ਕਮੁੰਟ ਭਰ ਗਏ ਸਾਰੇ। ਮੈਂ ਹੀ ਕੰਮ ਧੰਦਾ ਆਪਦਾ ਵੀਰੋ ਕਰਨ ਲੱਗਾ, ਮੈਨੂੰ ਕਿਹੜਾ ਬਹੁਤ ਟਾਈਮ ਹੋਇਆ, 10 ਮਹੀਨੇ ਨਹੀਂ ਹੋਏ ਵੀਰੋ ਮੈਨੂੰ ਕੰਮ ਕਰਦੇ ਨੂੰ। ਅਗਲੇ ਨੇ ਸੋਚਿਆ ਹੀ ਨਹੀਂ ਯਾਰ, ਜਾਂ ਮੈਂ ਨਹੀਂ ਸੋਚਿਆ, ਕਹਿਤਾ ਠੀਕ ਹੈ, ਕਹਿਤਾ ਵੀਰ ਮੈਂ ਕਹਿਤਾ ਫਿਰ। ਹੁਣ ਆ ਤੁਸੀਂ ਹੋਰ ਕੋਈ ਵਿੱਚ ਕਮੈਂਟਾਂ ਦੇ ਨਾਲ ਗੱਲ ਆਉਂਦੀ ਨਹੀਂ ਪਈ, ਤੁਸੀਂ ਬਸ ਆਹੀ ਗੱਲਾਂ ਕਹੀ ਜਾਂਦੇ ਬਾਰ ਬਾਰ, ਕਹਿਤਾ ਮੈਂ ਕਹਿਤਾ ਵੀਰ। ਉਸ ਤੋਂ ਬਾਅਦ ਫਿਰ ਵੀ ਮੈਂ ਅਗਲਾ ਬੰਦਾ ਤਾਂ ਮੈਨੂੰ ਤਾਂ ਕਹੇ ਨਾ ਵੀ ਆਪ ਬੰਦਾ ਦੁੱਧ ਦਾ ਧੋਤਾ ਹੋਵੇ, ਤੁਸੀਂ ਆਪ ਨਹੀਂ ਚੱਕਦੇ। ਮੈਂ ਤਾਂ ਚੱਕੀ ਵੀ ਨਹੀਂ ਯਾਰ, ਮੇਰੇ ਤਾਂ ਸਬੱਬੀ ਰਲ ਗਈ ਹੈ, ਤੁਸੀਂ ਆਪ ਨਹੀਂ ਚੱਕਦੇ। ਤੁਸੀਂ ਤਾਂ ਲਿਰਿਕਸ ਵੀ ਚੱਕ ਲੈਂਦੇ, ਸੁਣਾਵਾਂ ਗਾਣੇ ਮੈਂ ਤਾਂ ਸਾਰੇ ਪਏ ਆ, 8-9 ਗਾਣੇ ਤਾਂ ਮੇਰੇ ਫੋਨ 'ਚ ਪਏ ਆ ਜਿਹੜੇ ਤੁਸੀਂ ਚੱਕੇ ਆ। ਕੋਈ ਨਹੀਂ ਫਿਰ ਸੁਣਾਊਂਗਾ, ਮੈਂ ਥੋੜ੍ਹੀ ਜਿਹੀ ਗੱਲਾਂ ਬਾਤਾਂ ਹੋਰ ਕਰ ਲਈ ਸੁਣਾਊਂਗਾ ਕੋਈ ਚੱਕਰ ਨਹੀਂ। ਚਲੋ ਫਿਰ ਮੈਂ ਕਹਿ ਦਿੱਤਾ, ਬੰਦੇ ਨੇ ਮੇਰੀਆਂ ਫੋਟੋਆਂ ਪਾ ਦਿੱਤੀਆਂ ਵਾਲਾਂ ਦੀ ਵੀਰ, ਉਹ ਵੀ ਬਹੁਤ ਅਸੀਂ ਮੈਂ ਨਾ ਰੋਟੀ ਖਾਂਦਾ ਪਿਆ ਯਾਰ, ਮੈਨੂੰ ਨਾ ਕਿਸੇ ਫੋਟੋ ਦਿਖਾਈ, ਫਿਰ ਮੈਂ ਆਪ ਬੜਾ ਖੁਸ਼ ਹੋਇਆ ਹਾਂ ਦੇਖ ਕੇ। ਮੈਂ ਕਿਹਾ ਯਾਰ ਇੱਕ ਕਲਾਕਾਰ ਆ, ਉਹ ਇੱਕ ਵਧੀਆ ਮਕਾਮ 'ਤੇ ਆ ਹੈ ਨਾ, ਵੀ
ਤੈਨੂੰ ਐ ਜਾਗ ਜਾ ਕੀਤਾ ਮੇਰੇ ਨਾਲ ਮੈਨੂੰ ਚੱਲ ਮੈਂ ਖੁਦ ਬੜਾ ਖੁਸ਼ ਹੋਇਆ ਵੀਰੋ ਦੇਖ ਕੇ। ਮੈਂ ਕਿਹਾ ਚੱਲ ਯਾਰ ਆਪਸੀ ਗੱਲਾਂ ਬਾਤਾਂ ਨਾ ਚੱਲਦੀਆਂ ਰਹਿੰਦੀਆਂ ਹੁੰਦੀਆਂ। ਮੈਂ ਕਿਹਾ ਇੱਦਾਂ ਦੀ ਹੈਲਥੀ 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 ਜੀ ਚੀਜ਼ ਹੋਵੇ ਨਾ ਬੰਦਾ ਬੰਦੇ ਨੂੰ ਵੀਰ ਕੋਈ ਐਡਾ ਚੱਕਰ ਨਹੀਂ ਲੱਗਦਾ ਵੀ ਚੱਲ ਕੋਈ ਨਹੀਂ ਯਾਰ ਪਾਤੀ। ਮੈਂ ਬੜਾ ਹੱਸਿਆ ਹਾਂ ਦੇਖ ਕੇ ਫੋਟੋ। ਮੈਂ ਕਿਹਾ ਆਖਿਆ ਵਾਲ ਹੀ ਇੱਦਾਂ ਦੇ ਕਰਾ ਲੈਂਦੇ ਹੁਣ ਮੈਂ ਇਹ ਵੀ ਕਰਾਉਣ ਫਿਰਦਾ। ਮੈਨੂੰ ਵਧੀਆ ਬੜੇ ਲੱਗੇ ਉਹ ਪੰਜ ਛੇ ਰੰਗ ਸੀਗੇ ਨਾ ਵਿੱਚ ਉਹਦੇ। ਮੈਂ ਕਿਹਾ ਚੱਲ ਇੱਦਾਂ ਦੇ ਕਰਾ ਲੈਂਦੇ ਵੀ ਵਧੀਆ ਚੀਜ਼ ਆ ਤੇ ਬੜਾ ਹੋਇਆ। ਤੇ ਮੈਂ ਉਦੋਂ ਸੋਚਿਆ ਨਹੀਂ ਕੁਛ। ਮੈਂ ਕਿਹਾ ਚੱਲ ਯਾਰ ਅਗਲੇ ਨੇ ਕਿਹਾ ਤਾਂ ਮੈਂ ਕਿਹਾ ਤਾਂ ਗੱਲ ਠੀਕ ਹੈ ਓਕੇ ਆ ਉਹਨਾਂ ਨਾਲ ਆਪਾਂ ਇਹਨਾਂ ਕੀ ਚੀਜ਼ਾਂ ਤੋਂ ਲੈਣਾ ਆ। ਇੱਕ ਵਧੀਆ ਬੰਦਾ ਮੁਕਾਮ ਤੇ ਆਪਣੇ ਬਾਰੇ ਬੋਲਦਾ ਪਿਆ ਇੰਨਾ ਹੀ ਬੰਦੇ ਨੂੰ ਐਂ ਹੋ ਜਾਂਦਾ ਆ ਵੀ ਚੱਲ ਯਾਰ ਬੋਲ ਤਾਂ ਠੀਕ ਆ। ਮੈਂ ਤਾਂ ਖੁਸ਼ ਹੀ ਪੂਰਾ ਖੁਸ਼ ਹੀ ਪਰ ਨਾ ਮੇਰਾ ਸੌਂ ਲੱਗੇ ਮੈਂ ਝੂਠ ਨਹੀਂ ਮਾਰਦਾ। ਮੇਰਾ ਮਨ ਨਾ ਕੱਲ ਮੈਨੂੰ ਵੀਡੀਓ ਭੇਜੀ ਬੰਦੇ ਨੇ ਯਾਰ ਮੈਨੂੰ ਬੰਦਾ ਮੇਰੀ ਇਕਾਤ ਦੱਸਦਾ ਪਿਆ ਕੀ ਆ ਮੇਰੀ ਬੰਦਾ ਮੇਰੀ ਇਕਾਤ ਦੱਸਦਾ ਪਿਆ ਕੀ ਆ ਵੀ ਤੂੰ ਪੈਰ ਚੱਕ ਚੱਕ ਨੌ ਦਿਖਾਉਣਾ ਪਿਆ ਯਾਰ ਤੈਨੂੰ ਪਤਾ ਮੈਂ ਕਿੱਦਾਂ ਆਇਆ ਇੱਥੇ ਕਿਵੇਂ ਕੀਤਾ ਕੰਮ ਧੰਦਾ ਸਰ ਤੂੰ ਮੇਰੀ ਇਕਾਤ ਕਿਵੇਂ ਦੱਸ ਸਕਦਾ। ਤੂੰ ਥੋੜ੍ਹੀ ਮੈਨੂੰ ਦਿੱਤਾ ਕੁਛ ਮੈਂ ਤੇਰੇ ਕੋਲ ਲੈ ਕੇ ਖਾਧਾ ਕੁਛ ਤੂੰ ਮੇਰੀ ਇਕਾਤ ਕਿਵੇਂ ਦੱਸ ਸਕਦਾ। ਮੇਰੇ ਹੰਕਾਰ ਨਾ ਮੇਰਾ 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 ਮੇਰ
ਰੱਬ ਦੇ ਰੰਗ ਆ ਵੀ ਇੱਥੇ ਹੰਕਾਰ ਨੀ ਰਹਿੰਦਾ ਕਿਸੇ ਦਾ। ਹੁਣ ਮੇਰੇ 2 ਲੱਖ ਫੋਲੋਅਰ ਆ, ਤੁਹਾਡੇ ਕਈ ਲੱਖਾਂ ਚ ਆ, 50 ਲੱਖ ਆ, 60 ਲੱਖ ਆ, ਕਰੋੜ ਆ, ਇੰਨੇ ਫੋਲੋਅਰ। ਪਰ ਜਦੋਂ ਨਾ ਉਹ ਮਾਲਕ ਦੀ ਨਿਗਾਹ ਫਿਰਤੀ ਹੁੰਦੀ ਨਾ, 2 ਲੱਖ ਨੇ ਵਕਤ ਪਾ ਦੇਣਾ 60-60 ਲੱਖ ਵਾਲਿਆਂ ਨੂੰ। 2 ਲੱਖ ਵਾਲੇ ਵੀ ਵਕਤ ਪਾਉਂਦੇ ਹੁੰਦੇ 60-60 ਲੱਖ ਵਾਲਿਆਂ ਨੂੰ ਜਦੋਂ ਨਾ ਨਿਗਾਹ ਫਿਰਦੀ ਆ। ਕਾਤ ਨਹੀਂ ਦੱਸਣੀ ਵੀਰ, ਮੈਂ ਬਹੁਤ ਕੁਛ ਜ਼ਿੰਦਗੀ ਜਾਪ ਕਰਕੇ ਸਭ ਕੁਛ ਕੀਤਾ ਆ। ਮੇਰੇ ਪਿੰਡੋਂ ਪੁੱਛ ਲਿਓ, ਇੱਕ ਵਾਰੀ ਮੇਰਾ ਪਤਾ ਕਰਾ ਲਿਓ। ਇੱਥੇ ਇੰਡਸਟਰੀ ਤਾਂ ਤੁਹਾਡੀ ਜੇਬ 'ਚ ਹੀ ਰਹਿੰਦੀ, ਸਾਰੇ ਤਾਂ ਬੰਦੇ ਤੁਹਾਨੂੰ ਜਾਣਦੇ ਆ। ਕਿਸੇ ਤੋਂ ਪੁੱਛ ਲਿਓ ਮੈਂ ਕੌਣ ਆ, ਕਿੱਦਾਂ ਆਇਆ, ਕਿੱਥੋਂ ਆਇਆ, ਕਿਤੇ ਕਿੰਨੇ ਯੁੱਗਾਂ ਆ ਵੀ ਪੁੱਛ ਲਿਓ। ਚੀਜ਼ਾਂ ਇੱਦਾਂ ਹੁਣ ਜਿਹੜੇ ਸਿੰਗਰ ਬਣਨਾ ਆਉਂਦੇ ਨਾ ਮੁੰਡੇ ਨਵੇਂ, ਮੈਂ ਉਹਨਾਂ ਨੂੰ ਭਰਾ ਹੀ ਕਹਿੰਦਾ ਵੀ ਆਪਣੀ ਅਣਖ ਜ਼ਮੀਰ ਘਰ ਹੀ ਰੱਖ ਲਿਓ। ਅਣਖ ਜ਼ਮੀਰ ਨਾਲ ਲਿਆਉਂਗੇ ਫਿਰ ਕੁੱਤ ਕਲੇਸ਼ ਹੀ ਆ। ਇੱਥੇ ਬਸ 4-5 ਬੰਦਿਆਂ ਨੇ ਐਂ ਬਣਾਈ ਆ, ਪਰ ਛੱਤ ਜੀ ਵੀ ਸਾਡੀ ਛਤਰ ਛਾਇਆ ਜੀ ਤੁਸੀਂ ਲਾਉਣਾ ਆ। ਜਿਹੜਾ ਬੰਦਾ ਕਹੂਗਾ ਵੀ ਨਹੀਂ ਤਾਂ ਤੂੰ ਮੰਗ ਕੇ ਥੋੜ੍ਹੀ ਖਾਧਾ, ਜਾਂ ਤੁਸੀਂ ਸਾਡੀ ਸਪੋਰਟ ਕੀਤੀ ਹੋਵੇ, ਅਸੀਂ ਤਾਂ ਆਪਦਾ ਆਪਣੇ ਹਿਸਾਬ ਨਾਲ ਗਾਵਾਂਗੇ ਇੱਥੇ ਵੀਰੇ। ਫਿਰ ਗਾਣੇ ਮਿਲਦੀਆਂ ਖਾਈ ਜਾਂਦੇ ਬਸ, ਆਹ ਵਧੀਆ ਵੀ ਵਿੱਚ ਬੰਦੇ ਕੇ ਬੋਲਦੇ ਜਾਓ, ਇਹ ਸਮਝਦੇ ਹੋਣਗੇ ਮੇਰੀ ਗੱਲ। 2 ਲੱਖ ਨੇ ਵਕਤ ਪਾ ਲੈਣਾ ਜਦੋਂ ਹੁਣ ਘਰ ਕਿਤੇ ਸਿਰ ਚੜ ਜੇ ਨਾ, ਇਹ ਮੇਰੀ ਗੱਲ ਚੇਤੇ ਰੱਖਿਓ। ਇੱਥੇ ਸੱਚ ਬੋਲ ਕੇ ਹੀ ਹੋ ਜਾਂਦਾ ਕੁੱਤਕਲੀ ਚ, ਮੈਂ ਹਿਸਾਬ ਲਾ ਲਿਆ। ਮੈਂ ਤਾਂ ਸੱਚ ਹੀ ਬੋਲਿਆ, ਮੈਂ ਕਿੱਥੋਂ ਆਇਆ, ਕਿਹੜੇ ਘਰਾਂ ਚੋਂ ਆਇਆ। ਉਹ ਵੀ ਚੀਜ਼ ਕਈਆਂ ਵਧੀਆ ਲੱਗਦੀ, ਕਈ ਨੂੰ ਵਧੀਆ ਨਹੀਂ ਲੱਗਦੀ ਵੀਰ, ਉਹ ਮੈਂ ਝੂਠ ਬੋਲ ਦਿੰਦਾ। ਆਪ ਤੁਸੀਂ ਦੁੱਧ ਦੇ ਧੋਤੇ ਥੋੜੀ ਤੁਹਾਡੇ। ਚੱਲ ਛੱਡ, ਮੈਂ ਸੁਣਾਉਂਦਾ ਕੁੱਖ ਨੀ ਵੀਰ, ਮੈਂ ਅਗਲੀ ਵਾਰੀ ਨਾ ਮੈਂ ਉਹ ਵੀ ਦਿਖਾ ਦੂੰਗਾ ਤੁਹਾਨੂੰ, ਤੇ ਲਿਰਿਕਸ ਵੀ ਚੱਕ ਲੈਂਦੇ ਤੇ ਕੰਪੀਟੀਸ਼ਨਾਂ ਦਾ ਸਾਈਡ ਤੇ ਰਹਿ ਗਈ, ਮੈਂ ਪਾ ਦੂੰਗਾ। ਮੇਰੇ ਕੋਲ 8-9 ਗਾਣੇ ਪਏ ਆ, ਸਾਰੇ ਸਟੋਰੀ ਪਾ ਦੂੰ ਭਾਰੀ ਭਾਰੀ ਸਿਰ ਕਰਕੇ, ਸੇਮ ਸੇਮ ਚੀਜ਼ਾਂ। ਬਸ ਜੋ ਮਤਲਬ ਚੀਜ਼ ਹੁੰਦੀ ਨਾ ਵੀਰ, ਹੈਲਥੀ ਹੈਲਥੀ ਚੀਜ਼ ਫਿਰ ਵਾਲਾਂ ਵੂਲਾਂ ਦੀਆਂ ਵੋਟਾਂ ਪਾਏ ਜਾਂਦੇ ਸੀ, ਮੈਨੂੰ ਵਧੀਆ ਲੱਗਦਾ ਸੀ ਯਾਰ, ਕੋਈ ਚੱਕਰ ਨਹੀਂ। ਮੈਂ ਕਿਹਾ ਵੀ ਚੱਲ ਬੰਦਾ ਯਾਰ ਪਾਉਂਦਾ ਪਿਆ, ਕੀ ਚੱਕਰ ਆ, ਕਾਹਤ ਕੂਤ ਨਾਲ ਪੈਰਾਂ ਪੁਰ ਵਾਲੇ ਨਿਗਲੈਕਟ ਨਾ ਕਰੋ ਕਿਸੇ ਨੂੰ।
ਇੰਨਾ ਵੀ ਕਿਹਨੂੰ ਨੀਮ ਨਾ ਦਿਖਾਓ, ਤੁਹਾਡੇ ਤੋਂ ਮੰਗ ਕੇ ਨਹੀਂ ਕਰਦਾ ਕਿਸੇ ਨੇ, ਤਾਂ ਪੈਰ ਦਿਖਾਉਣਾ ਪਿਆ ਚਾਚਾ। ਇਹ ਲੋਕਾਂ ਦਾ ਸਵਾਦ ਹੈ ਵੀਰ, ਤੁਸੀਂ ਵੀ ਕੰਮ ਧੰਦੇ ਕਰਨੇ ਹੀ ਆ ਸਾਰਿਆਂ ਨੇ, ਭਾਵੇਂ ਕਿ ਕੋਈ ਇਲੈਕਟ੍ਰੀਸ਼ਨ ਬਣ ਜਾਊ, ਕੋਈ ਬਾਹਰ ਚਲ ਜਾਊ, ਕੋਈ ਲੱਕੜ ਦਾ ਕਰ ਲਊ, ਕੋਈ ਕਿਸਾਨੀ ਕਰ ਲਊ। ਜਦੋਂ ਤੁਹਾਨੂੰ ਬੰਦਾ ਕੋਈ ਜ਼ਿਆਦਾ ਤਾਮੇ ਜਾਮੇ ਵਾਲਾ ਕਹੂਗਾ ਨਾ ਵੀ ਅਸੀਂ ਤੁਹਾਡੇ ਤੋਂ ਐਂ ਪਰੇ ਹਾਂ, ਸਾਡੀ ਔਕਾਤ ਵੱਡੀ ਆ, ਤੁਹਾਨੂੰ ਉਦੋਂ ਪਤਾ ਲੱਗਣਾ ਬੀਜ ਦੀ ਕੀ ਹੁੰਦੀ ਆ। ਛੱਡੋ ਵੀਰ, ਗਾਣੇ ਸੁਣੋ ਵੀਰ, ਗਾਣੇ ਗਾਣੇ ਮੈਂ ਇਕੱਠੇ ਹੀ ਪਾ ਦਿੱਤੇ ਸੀ ਵੀਡੀਓ ਕਰਕੇ। ਹੁਣ ਬਾਲ ਵੀਰ ਗਾਉਣੇ ਛੱਡਦਾ ਦੱਸੋ ਵੀਰ, ਇਹੀ ਤਾਂ ਮੈਂ ਤੁਹਾਨੂੰ ਦੱਸਾਂ, ਮੈਂ ਗਾਣੇ ਗਾਉਂਦਾ ਸੀ ਨਸ਼ਿਆਂ ਉੱਤੇ, ਤੇ ਪਹਿਲੇ ਗਾਣੇ ਤੋਂ ਹੀ ਮੇਰੇ ਦੁਆਲੇ ਹੋਏ ਪਏ ਸਾਰੇ। ਸਪੋਰਟ ਤਾਂ ਕੀ ਕਰਨੀ ਸੀ ਕਿਸੇ ਕਲਾਕਾਰ ਨੇ, ਉਲਟਾ ਵੀ ਤੇ ਗਾਣੇ ਨਹੀਂ ਸਹੀ, ਇਹਦਾ ਆ ਨਹੀਂ ਸਹੀ। ਮੈਂ ਵੀਰੋ ਭਰਿਆ ਮੈਦਾਨ ਛੱਡਿਆ, ਭਰਿਆ ਮੈਦਾਨ। ਮੈਂ ਕਿਹਾ ਮੈਂ ਨਹੀਂ ਗਾਉਂਦਾ ਨਸ਼ੇ ਦੇ ਗਾਣੇ, ਮੈਂ ਫਿਰ ਜੀਰੋ ਤੋਂ ਸ਼ੁਰੂ ਕੀਤਾ ਸਿਸਟਮ ਆਪਣਾ, ਭਰਿਆ ਮੈਦਾਨ ਛੱਡਿਆ ਸੀਗਾ ਮੈਂ। ਮੈਂ ਕਿਹਾ ਚੱਲ ਯਾਰ ਨਹੀਂ ਲੋਕਾਂ ਨੂੰ ਸਹੀ ਲੱਗਦਾ ਤੇ ਰਹਿਣ ਦਿੰਦੇ ਆ, ਪਰ ਗੱਲ ਉਹੀ ਹੋਈ ਆ, ਕਲੇਸ਼ ਉਸ ਤੋਂ ਵੱਧ ਹੋਰ ਵੱਧ ਗਏ ਆ। ਕਿਸੇ ਪਾਸੇ ਕੋਈ ਹੈ ਨਹੀਂ ਨਾ, ਸਿਸਟਮ ਨਹੀਂ ਸਮਝ ਆਉਂਦਾ ਬੰਦਾ ਕਰੇਗੀ। ਮੈਂ ਤਾਂ ਬਾਲ ਵੀ ਕਾਲੇ ਕਰਾਉਣ ਚਲ ਗਿਆ, ਮੈਂ ਤਾਂ ਯਾਰ ਨਹੀਂ ਲੋਕਾਂ ਨੂੰ ਵਧੀਆ ਲੱਗਦੇ ਤੇ ਰਹਿਣ ਦਿੰਦੇ ਆ। ਉਹ ਮੇਰਾ ਨਾਲ ਦਾ ਮੇਰਾ ਦੋਸਤ ਕਹਿੰਦਾ ਛੱਡ ਯਾਰ ਤੂੰ, ਇੰਨਾ ਚਿਰ ਹੋ ਗਿਆ ਮਿਹਨਤ ਕਰਦੇ ਨੂੰ, ਯਾਰ ਹੁਣ ਸ਼ੌਂਕ ਮਾੜਾ ਮੋਟਾ ਤਾਂ ਬੰਦਾ ਪੂਰਾ ਕਰ ਹੀ ਸਕਦਾ। ਹੁਣ ਬਾਲ ਵੀਰੋ ਇੰਨਾ ਤਾਂ ਕਰ ਲੈਂਦਾ ਵੀਰੋ, ਬਾਲਾਂ ਦਾ ਵੀ ਕੀ ਚੱਕਰ ਆ, ਜਿੰਨੇ ਵਾਰ ਰੰਗ ਕਰਾਉਣੇ ਕਿਸੇ ਨੇ ਝਾੜੀ ਜਾਣੇ, ਉਵੇਂ ਸਾਰਿਆਂ ਦੀ ਰਹਿ ਜਾਣੀ ਫਿਰ, ਉਦੋਂ ਜਿੰਨਾ ਚਿਰ ਹੈ ਕਿ ਉਨਾ ਚਿਰ ਤਾਂ ਰੰਗਾ ਲੈਂਦਾ। ਏਦਾਂ ਦੀਆਂ ਗੱਲਾਂ ਬਾਤਾਂ ਵੀਰੋ ਕੀ ਸੱਚੇ ਅਕਾਤ ਹੀ ਲੋਕ ਦੱਸਣ ਲੱਗ ਪੈਂਦੇ, ਜਿੱਦਾਂ ਪਤਾ ਨੀ ਅਕਾਤ ਵੀਰ ਉਹਨੂੰ ਦੱਸੋ ਜਿਹਨੇ ਤੁਹਾਤੋਂ ਕੁਛ ਲਿਆ ਹੋਵੇ, ਤੇ ਮੁੜ ਕੇ ਤੁਹਾਡਾ ਗਾਵੇ ਨਾ ਗੁਣ, ਉਹਨੂੰ ਕਹੋ ਵੀ ਤੇਰੀ ਅਕਾਤ ਆ ਸੀ, ਜਿਹਨੇ ਤੁਹਾਤੋਂ ਲਿਆ ਹੀ ਕੁੱਖ ਨੀ, ਤੁਹਾਨੂੰ ਕਿਹਾ ਹੀ ਕੁਛ ਨੀ, ਉਹਨੂੰ ਜਾਂ ਕਿਵੇਂ ਤੁਸੀਂ ਪੈਰ ਚੱਕ ਚੱਕ ਦਿਖਾਲ ਦੋ। ਮੈਂ ਤਾਂ ਲਾਈਵ ਲੂਈਵ ਨਹੀਂ ਹੁੰਦਾ, ਮੈਂ ਤਾਂ ਹੁਣ ਜੇ ਸਿੱਖਿਆ ਸਾਰਾ ਕੁਛ। ਮੈਨੂੰ ਫਿਰ 10 ਮਹੀਨੇ ਨਹੀਂ ਹੋਏ ਗਾਉਂਦੇ ਨੂੰ, 10 ਮਹੀਨਿਆਂ ਵਿੱਚ ਸਾਰਿਆਂ ਨੂੰ ਐਂ ਲੱਗਦਾ ਵੀ ਇਹ ਬਸ ਐਂ ਹੀ ਆ ਗਿਆ ਵੀਰ, ਮੈਂ ਬਹੁਤ ਚਿਰਤਾ ਹੀ ਲੱਗਾ ਹੋਇਆ ਸੀ, ਪੈਸੇ ਜੋੜੇ, ਮੈਂ ਆਪਦਾ ਕੰਮ ਕੀਤਾ, ਮੇਰਾ ਗਾਣਾ ਚੱਲਿਆ, ਉਹ ਵੀ ਆਪ ਹੀ ਚੱਲਿਆ ਵੀਰ। ਜਿਹੜੇ ਬਣਦੇ ਫਰਜ਼ ਸੀ ਨਾ ਪੁਰਾਣੇ ਕਲਾਕਾਰਾਂ ਦੇ, ਜਿਹਨਾਂ ਦਾ ਵਧੀਆ ਸਿਸਟਮ ਸੀਗਾ, ਕਿਹਨੇ ਮਿਹਨਤ ਥੋੜ੍ਹੀ ਕੀਤੀ ਮੇਰੀ ਵੀ ਚੱਲ ਯਾਰ ਇਹਦਾ ਕੰਮ ਚੱਲਿਆ ਤਾਂ ਬੰਦੇ ਦਾ ਹੋਰ ਚਲਾਈਏ। ਇਹ ਤਾਂ ਬਸ ਐਂ ਆ ਵੀ ਅਸੀਂ, ਇਹ ਤਾਂ ਸਾਡੀ ਕੈਟਗਰੀ 'ਚ ਹੀ ਨਹੀਂ ਆਉਂਦਾ, ਐਂ ਐਂ ਕਰ ਦਿੰਦੇ ਵੀ ਇਹ ਕੌਣ ਆ, ਐਂ ਅਕਾਤ ਦਾਤੇ, ਕੋਈ ਨਹੀਂ ਵੀਰ ਇੱਕ ਦਿਨ ਆਊਗਾ। ਇੱਥੇ ਬੰਦੇ ਦੀ ਨਾ ਮਿਹਨਤ 'ਚ ਉੱਨੀ ਇੱਕੀ ਚੱਲ ਜਾਂਦੀ ਹੁੰਦੀ ਆ, ਬੰਦੇ ਦੇ ਕੰਮ 'ਚ ਉੱਨੀ ਇੱਕੀ ਚੱਲ ਜਾਂਦੀ ਹੁੰਦੀ, ਹਰੇਕ ਚੀਜ਼ 'ਚ ਉੱਨੀ ਇੱਕੀ ਚੱਲ ਜਾਂਦੀ, ਬੰਦੇ ਦੀ ਨਾ ਨੀਤ 'ਚ, ਨੀਤ 'ਚ ਨਹੀਂ ਉੱਨੀ ਇੱਕੀ ਚੱਲਦੀ ਹੁੰਦੀ। ਜਿਹਦੀ ਨੀਤ ਸਹੀ ਹੋਊਗੀ ਹੁਣ ਸਭ ਕੁਛ ਹੀ ਮਿਲ ਜੂ ਵੀਰ, ਕੋਈ ਚੱਕਰ ਨਹੀਂ। ਫਿਰ ਮੇਰੀ ਨੀਤ ਵਧੀਆ ਹੋ ਠੀਕ ਆ, ਕਿਸੇ ਦੀ ਹੋਰ ਦੀ ਵਧੀਆ ਹੋਊਗੀ ਤਾਂ ਠੀਕ ਆ। ਫਿਰ ਇੱਕ ਦਿਨ ਨਿਬੇੜੇ ਤਾਂ ਹਲੇ ਟਾਈਮ ਨਾ ਹੋਣਗੇ, ਤਾਂ ਮੈਂ ਹੋਣੀ ਆ, ਫਿਰ ਇੱਕ ਦਿਨ ਬਰੋਬਰ ਦੇ ਬਣ ਕੇ ਟੱਕਰਾਂਗੇ, ਕੋਈ ਚੱਕਰ ਨਹੀਂ ਜੇ ਉਸ ਮਾਲਕ ਨੇ ਚਾਹਿਆ ਤੇ। ਫਿਰ ਉਦਣ ਸਿਰ ਤੇ ਚੜ ਕੇ ਲਲਕਾਰੇ ਮਾਰੂੰਗਾ, ਉਦਣ ਜਲਿਆ ਨਹੀਂ ਜਾਣਾ ਕਿਸੇ ਤੋਂ।
ਸੱਕਾ ਉੱਤਾ ਕੁੱਤਾ ਤੇ ਨਾ ਜਾਓ ਵੀਰੋ, ਮੈਂ ਮੰਗ ਕੇ ਨਹੀਂ ਖਾਦਾ ਕਿਸੇ ਤੋਂ। ਕੁਛ ਵੀ ਖਾ ਦੋ ਉਹਦੇ ਕਲੀ ਚ ਪਾ ਲੈਣੀ ਤੁਸੀਂ, ਹੁਣ ਬੰਦਾ ਗਾ ਵੀ ਨਾ ਹੁਣ ਛੱਡਣ ਯੋਗੀ ਆ। ਨਿਬੇੜ ਦੀ ਬਸ ਗਾਣਾ ਕੀ ਸੁਣਾਵਾਂ, ਇਹਨਾਂ ਨੇ ਕਮੈਂਟ ਵਾਲਿਆਂ ਨੇ ਹੋਰ ਹੀ ਬੰਨੇ ਪਾਤਾ ਤੇ ਬੰਦਾ ਖਾਣਾ ਸਵਾਦ ਨਾ ਆਵੇ। ਮੇਰੇ ਮਨ ਚ ਵੀ ਬਹੁਤ ਕੁਛ ਆ, ਮੈਂ ਗੱਲਾਂ ਕਰਨਾ ਨੀ ਚਾਹੁੰਦਾ ਅਸਲ ਚ, ਹੁਣ ਛੱਡੋ। ਔਕਾਤ ਨਹੀਂ ਦੱਸਣੀ ਬਸ, ਅੱਗੇ ਤੋਂ ਹੋਰ ਜਿੱਦਾਂ ਮਰਜ਼ੀ ਜੋ ਮਰਜ਼ੀ ਕਰਨਾ ਕਰੋ, ਬਸ ਔਕਾਤ ਨਹੀਂ ਦੱਸਣੀ। ਔਕਾਤ ਮੈਂ ਮੰਗ ਕੇ ਖਾਧਾ ਕਿਸੇ ਤੋਂ ਨਹੀਂ, ਲਿਆ ਕਿਸੇ ਤੋਂ ਕੁਛ ਨਹੀਂ ਗਾ। ਮੈਨੂੰ ਪੈਰ ਦੇ ਨੌ ਕੜਕੜ ਦਿਖਾਲ ਦੇ ਵੀ ਇਹਦੇ ਬਰੋਬਰ ਦੇ ਬਰੋਬਰ ਆ, ਕੋਈ ਨੀ ਬਰੋਬਰ ਦੇ ਹੋ ਕੇ ਟੱਕਣਾ ਜਾਂਦਾ। 2 ਲੱਖ ਬੰਦਿਆਂ ਨੇ ਵਕਤ ਪਾਤਾ ਨਾ ਤੁਹਾਡੇ ਲੱਖਾਂ ਨੂੰ, ਉਦਣ ਫਿਰ ਮੈਂ ਦਿਖਾਊ ਕੁਛ ਕੱਢ ਕੇ ਫੜ ਲਿਆ। ਮੇਰਾ ਨਾ ਗੁੱਸਾ ਵੀ ਆ ਹੀ ਜਾਂਦਾ ਬੰਦੇ ਨੂੰ, ਬੰਦਾ ਕਰੇ ਵੀ ਨੇ ਹੰਕਾਰ ਚ ਨਾ ਹੋਵੋ ਵੀ ਰੱਬ ਵੀ ਮੂੰਹ ਮੋੜ ਜੇ, ਰੱਬ ਨੂੰ ਨਾ ਭੁੱਲੋ ਕਦੀ ਕਿਸੇ ਨੂੰ ਕੁਛ ਕਹਿ ਤਾ, ਕਦੀ ਕਿਸੇ ਨੂੰ ਕੁਛ ਕਹਿ ਤਾ, ਏਦਾਂ ਸਿਸਟਮ ਰਹਿਣ ਹੀ ਦਿਓ। ਕਰਨ ਆਪਦਾ ਕੰਮ ਧੰਦਾ ਕਰੋ ਬਸ, ਠੀਕ ਆ। ਚਲੋ ਠੀਕ ਆ ਵੀਰੋ, ਗਾਣਾ ਯਾਰ ਇੱਕ ਗਾਣਾ ਮਾੜਾ ਜਿਹਾ ਚੱਲ ਸੁਣੀ ਜਾਂਦੇ, ਕੀ ਸੁਣਾਉਣਾ ਗਾਣਾ। ਚਲੋ ਠੀਕ ਆ ਵੀਰੋ, ਬਸ ਮੈਂ ਇਹਨੂੰ ਮਾੜਾ ਜਿਹਾ ਬੰਦ ਪੰਨੀਆਂ, ਹੁਣ ਕਮੈਂਟ ਵਧੀਆ ਆਉਣ ਲੱਗ ਪਏ ਲੋਕਾਂ ਦੇ। ਉਹੀ ਗੱਲ ਕਰਦਾ ਵੀ 2 ਲੱਖ ਵੀ ਵਕਤ ਪਾਉਂਦੇ ਹੁੰਦੇ ਜਦੋਂ ਪਾਉਣ ਤੇ ਆ ਜਾਣ ਕਿ ਨਹੀਂ ਭਾਈ। ਚਲੋ ਵੀਰੋ ਠੀਕ ਆ ਯਾਰ, ਓਕੇ ਗਾਹ ਹੁਣ ਦੇਖਾਂਗੇ ਕੀ ਹੁੰਦਾ ਕੀ ਨਹੀਂ ਹੁੰਦਾ। ਫਿਰ ਪੂਰੀ ਫਾਰਮ ਚ ਆਊਂਗਾ ਮੈਂ, ਐਤਕੀ ਤਾਂ ਥੋੜ੍ਹਾ ਜਿਹਾ ਮੈਂ ਜ਼ਿਆਦਾ ਕੁਛ ਨਹੀਂ ਕਰਨਾ ਚਾਹੁੰਦਾ ਹਾਂ। ਗਾਣੇ ਗੁਣੇ ਸੁਣੋ ਵੀਰੋ, ਮਜ਼ਾ ਲਓ। ਪਤਾ ਸਾਰਿਆਂ ਨੂੰ ਹੀ ਆ ਕਿਹੜਾ ਬੰਦਾ ਕਿੱਥੇ ਸਹੀ ਕਿੱਥੇ ਗਲਤ ਆ, ਬਸ ਕੀ ਆ ਵੀ ਜਿਹਦੀ ਜਿਹਦੀ ਰਾਜਨੀਤੀ 'ਚ ਲੋਕ ਫਸ ਜਾਣ ਨਾ, ਲੋਕ ਉਹਨੂੰ ਸਹੀ ਸਮਝਣ ਲੱਗ ਪੈਂਦੇ ਆ। ਇਹ ਰਾਜਨੀਤੀਆਂ ਮਿੱਤ ਨਹੀਂ ਚੱਲਣੀਆਂ ਵੀਰੋ, ਮੈਂ ਸਭ ਕੁਛ ਸਮਝ ਲੈਂਦਾ ਕਿਹੜਾ ਬੰਦਾ ਕੀ ਕਰਦਾ। ਪਤਾ ਤੁਹਾਨੂੰ ਵੀ ਆ ਕਿਹੜੇ ਬੰਦਾ ਕਿੱਥੇ ਗਲਤ ਹੈ ਕਿੱਥੇ ਸਹੀ ਆ। ਚਲੋ ਠੀਕ ਆ ਵੀਰੋ, ਓਕੇ ਯਾਰ, ਕਰੀਬ ਆਉਂਦਾ ਕਿੱਥੋਂ ਹੁੰਦਾ।